ਅੱਜ ਮੈਂ ਲੈ ਕੇ ਆਈਆਂ ਤੁਹਾਡੇ ਵਾਸਤੇ ਇੱਕਦਮ ਹੈਲਦੀ ਰੈਸিপি ਇਹਦੇ ਵਿੱਚ ਨਾ ਹੀ ਮੈਂ ਮੈਦਾ ਯੂਜ਼ ਕੀਤਾ ਹੈ ਨਾ ਹੀ ਕਾਰਨ ਫਲਾਰ ਤਾਂ ਕਿਸ ਤਰ੍ਹਾਂ ਬਰਾਈ ਨੇ ਮੈਂ 스ਨੈਕਸ ਤਾਂ ਚਲੋ ਸ਼ੁਰੂ ਕਰਦੇ ਆ ਹੈ ਇਵਰੀਵਨ ਵੈਲਕਮ ਬੈਕ ਇੱਕ ਵਾਰ ਫੇਰ ਹਾਜ਼ਰ ਇੱਕ ਨਵੀਂ ਰੈਸিপি ਦੇ ਨਾਲ ਤੇ ਸਭ ਤੋਂ ਪਹਿਲਾਂ ਮੈਂ ਇੱਕ ਸੀਕ੍ਰੇਟ ਚਟਨੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਜਿਹਦੇ ਲਈ ਮੈਂ ਲਿੱਤੇ ਆ ਟਮਾਟਰ ਥੋੜੇ ਜਿਵੇਂ ਆਨਿਅਨ ਤੇ ਚਾਰ ਤੋਂ ਪੰਜ ਕਾਲੇ ਤੇ ਉਹਦੇ ਵਿੱਚ ਮੈਂ ਪਾਈਆਂ ਸੁੱਕੀਆਂ ਲਾਲ ਮਿਰਚਾਂ ਤੇ ਤਨੀਆਂ ਦੀ ਜਿਹੜੀ ਡੰਟਲ ਹੁੰਦੀ ਹੈ ਉਹ ਪਾਈ ਹੈ ਤਾਂ ਉਸ ਤੋਂ ਬਾਅਦ ਮੈਂ ਐਡ ਕੀਤਾ ਨਮਕ ਇਹਨੂੰ ਅਸੀਂ ਥੋੜਾ ਜਿਹਾ ਬ੍ਰਾਊਨ ਕਰ ਲਾਂਗੇ ਤਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਕੇ 2-3 ਸੈਕਿੰਡ ਵਰਸ ਦੀ ਕੁਕ ਕਰ ਲਾਂਗੇ ਤਾਂ ਇਹਨੂੰ ਅਸੀਂ ਪਲੇਟ ਦੇ ਵਿੱਚ ਕੱਢ ਕੇ ਠੰਡਾ ਕਰ ਲਾਂਗੇ ਤਾਂ ਇਹਨੂੰ ਅਸੀਂ ਠੰਡੇ ਹੋਣ ਤੋਂ ਬਾਅਦ ਬਲੈਂਡ ਕਰ ਲਾਂਗੇ ਬਲੈਂਡ ਕਰਨ ਤੋਂ ਬਾਅਦ ਤੁਸੀਂ ਇਹਦੇ ਵਿੱਚ ਪਾਣੀ ਨਹੀਂ ਐਡ ਕਰਨਾ ਹੈ ਤਾਂ ਇਸ ਤਰ੍ਹਾਂ ਦੀ ਚਟਨੀ ਸਾਡੀ ਬਣ ਕੇ ਰੈਡੀ ਹੋ ਜਾਏਗੀ ਤਾਂ ਫਿਰ ਇਸੇ ਨੂੰ ਤੇ ਲਗਾਵਾਂਗੇ ਇੱਕ ਛੋਟਾ ਜਿਹਾ ਤੜਕਾ ਉਹਦੇ ਵਾਸਤੇ ਮੈਂ ਲੈ ਰਹੀਆਂ ਤੜਕਾ ਪੈਨ ਜਿਹਦੇ ਵਿੱਚ ਮੈਂ ਪਾ ਰਹੀਆਂ ਕੜੀ ਪੱਤੇ ਕੜੀ ਪੱਤੇ ਤੁਸੀਂ ਆਪਣੀ ਕੁਆਂਟੀਟੀ ਦੇ ਹਿਸਾਬ ਨਾਲ ਪਾ ਸਕਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਰਾਈ ਵੀ ਐਡ ਕਰ ਸਕਦੇ ਹੋ ਤਾਂ ਇਹਨੂੰ ਅਸੀਂ ਕੌਲੀ ਦੇ ਵਿੱਚ ਸার্ভ ਕਰਾਂਗੇ ਤਾਂ ਇਹਨੂੰ ਰੱਖਾਂਗੇ ਸਾਈਡ ਤੇ ਦੂਸਰੀ ਸਾਈਡ ਤੇ ਮੈਂ ਪਾਣੀ ਲਿੱਤਾ ਹੈ ਪਾਣੀ ਦੇ ਵਿੱਚ ਮੈਂ ਪਾਇਆ ਸੂਜੀ ਨੂੰ ਇਹਨੂੰ ਅਸੀਂ ਉਹ ਤੱਕ ਕੁੱਕ ਕਰਾਂਗੇ ਜਦ ਤੱਕ ਇਹਦਾ ਡੋ ਬਣ ਕੇ ਰੈਡੀ ਨਹੀਂ ਹੋ ਜਾਂਦਾ ਤਾਂ ਇਹਦਾ ਆਪਣੇ ਆਪ ਹੀ ਡੋ ਬੰਨਣਾ ਸ਼ੁਰੂ ਹੋ ਜਾਏਗਾ ਇਸ ਤਰ੍ਹਾਂ ਇਹਦਾ ਡੋ ਬਨ ਗਿਆ ਤਾਂ ਇਹਨੂੰ ਅਸੀਂ ਪਲੇਟ ਦੇ ਵਿੱਚ ਰੱਖ ਕੇ ਠੰਡਾ ਕਰ ਲਾਂਗੇ ਅਗਰ ਇਹ ਤੁਹਾਡੇ ਹੱਥਾਂ ਨੂੰ ਚਿਪਕ ਰਿਹਾ ਤਾਂ ਥੋੜਾ ਜਿਹਾ ਤੁਸੀਂ ਬਟਰ ਜਾਂ ਕਿਓ ਯੂਜ਼ ਕਰ ਸਕਦੇ ਹੋ ਤਾਂ ਜਦੋਂ ਇਹ ਪ੍ਰੋਪਰ ਠੰਡਾ ਹੋ ਜਾਏਗਾ ਤੁਸੀਂ ਇਹਨੂੰ ਕੋਈ ਵੀ ਰਾਉਂਡ ਸ਼ੇਪ ਦੇ ਦੇਣਾ ਚਾਹੋ ਤਾਂ ਦੇ ਸਕਦੇ ਹੋ ਤਾਂ ਮੈਂ ਇੱਥੇ ਥੋੜੀਆਂ ਜੀਆਂ ਰਾਉਂਡ ਸ਼ੇਪ ਵੀ ਦੇ ਰਹੀਆਂ ਥੋੜਾ ਜਿਹਾ ਮੈਂ ਸਕਿਊਰ ਸ਼ੇਪ ਵੀ ਦਵਾਂਗੀ ਤਾਂ ਇਸ ਤਰ੍ਹਾਂ ਇਹਦੀਆਂ ਸਾਰੀਆਂ ਬੋਲਸ ਰੈਡੀ ਕਰ ਲਾਂਗੇ ਤਾਂ ਇਹਨੂੰ ਅਸੀਂ ਕਰਾਂਗੇ ਡੀਪ ਫ੍ਰਾਈ ਡীপ ਫ੍ਰਾਈ ਕਰਨ ਵਾਸਤੇ ਤੇਲ ਪ੍ਰੋਪਰ ਗਰਮ ਹੋਣਾ ਚਾਹੀਦਾ ਹੈ ਤਾਂ ਜਦੋਂ ਇਹ ਪ੍ਰੋਪਰ ਗਰਮ ਹੋ ਜਾਏਗਾ ਤੁਸੀਂ ਫਲੇਮ ਨੂੰ ਕੱਟ ਕਰ ਦੇਣਾ ਤਾਂਕਿ ਇਹ ਦੋਨੋਂ ਸਾਈਡ ਤੋਂ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋ ਸਕੇ ਤਾਂ ਕੁਕ ਹੋ ਸਕੇ ਤਾਂ ਜਦੋਂ ਇਹ 골ਡਨ ਬ੍ਰਾਊਨ ਹੋ ਜਾਣਗੇ ਤੁਸੀਂ ਇਹਨੂੰ ਗਰਮਾ ਗਰਮ ਸਰਵ ਕਰ ਸਕਦੇ ਹੋ ਤਾਂ ਇੱਥੇ ਤੁਸੀਂ ਦੇਖ ਰਹੇ ਹੋ ਮੈਂ ਤਿੰਨ ਸ਼ੇਪਸ ਦਿੱਤੀਆਂ ਨੇ ਤਾਂ ਇਸੇ ਤਰ੍ਹਾਂ ਹੀ ਅਸੀਂ ਆਪਣੀਆਂ ਸਾਰੀਆਂ ਜਿਹੜੀਆਂ ਬੋਲਸ ਆ ਉਹ ਰੈਡੀ ਕਰ ਲਾਂਗੇ ਤਾਂ ਇਹਨੂੰ ਅਸੀਂ ਚਟਨੀ ਦੇ ਨਾਲ ਗਰਮਾ ਗਰਮ ਸਰਵ ਕਰਾਂਗੇ ਤਾ ਇਨੇ ਜਿਆਦਾ ਹੈਲਥੀ ਤੇ ਇਨੇ ਜਿਆਦਾ ਵਧੀਆ ਤੇ ਕ੍ਰਾਂਚੀ 스ਨੈਕਸ ਬਣਾ ਕੇ ਜ਼ਰੂਰ ਟ੍ਰਾਈ ਕਰਿਓ ਮਿਲਾਂਗੇ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਬਾਏ